ਸੈਂਟਰ ਵਾਲਮੀਕਿ ਇੰਡੀਆ ਦੇ ਸੂਬਾ ਮੀਤ ਪ੍ਰਧਾਨ ਪ੍ਰਗਟ ਗਮੀ ਕਲਿਆਣ ਵੱਲੋਂ ਦੂਸਰੀ ਬੱਸ ਯਾਤਰਾ ਜੋ ਕਿ ਹਰਿਦੁਆਰ ਲਈ ਅੱਜ ਰਵਾਨਾ ਹੋਈ, ਜਿਸ ਨੂੰ ਵਿਪਨ ਕੁਮਾਰ ਸ਼ਰਮਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਅਤੇ ਸੁਖਰਾਜ ਸਿੰਘ DSP ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਗਮੀ ਕਲਿਆਣ ਨੇ ਦੱਸਿਆ ਕਿ ਉੱਥੇ ਜੋ ਸਾਲਾਨਾ ਲੰਗਰ ਲੱਗਦਾ ਹੈ ਉਸ ਵਿੱਚ ਭਾਗ ਲੈਣ ਚੱਲੇ ਹਾਂ। ਮੈਂ ਗੰਮੀ ਕਲਿਆਣ ਜੀ, ਸੈਂਟਰ ਵਾਲਮੀਕਿ ਸਭਾ ਇੰਡੀਆ ਤੋਂ ਕੌਮੀ ਮੀਤ ਪ੍ਰਧਾਨ ਹੈ ਜੀ। ਇਹ ਜਿਹੜਾ ਅੱਜ ਅਸੀਂ ਯਾਤਰਾ ਲੈ ਕੇ ਜਾ ਰਹੇ ਹਾਂ, ਸਾਡੀ ਹਰ ਸਾਲ ਦੀ 28 ਸਾਲਾਂ ਤੋਂ ਹਰ ਸਾਲ ਯਾਤਰਾ ਅਸੀਂ ਹਰਿਦੁਆਰ ਜਾਂਦੇ ਹਾਂ ਜੀ। ਉੱਥੇ ਸਾਡਾ ਵਾਲਮੀਕਿ ਆਸ਼ਰਮ ਹੈਗਾ ਅਤੇ ਉੱਥੇ ਸਾਡੀ ਇਹ ਯਾਤਰਾ ਜਾ ਕੇ ਠਹਿਰਦੀ ਹੈ ਅਤੇ ਉੱਥੇ ਸਾਡਾ 3 ਦਿਨ ਦਾ ਲੰਗਰ ਦਾ ਪ੍ਰੋਗਰਾਮ ਹੁੰਦਾ। ਆਲ ਪੰਜਾਬ 'ਚੋਂ ਸਾਡੇ ਸਮਾਜ ਦੇ, ਸਾਡੀ ਸੰਸਥਾ ਦੇ ਉੱਥੇ ਲੋਕ ਪਹੁੰਚਦੇ ਨੇ ਵਿਦ ਫੈਮਿਲੀ, ਅਤੇ ਉੱਥੇ 3 ਦਿਨ ਦਾ ਜਿਹੜਾ ਲੰਗਰ ਦਾ ਪ੍ਰੋਗਰਾਮ ਸਾਡੀ ਸਭਾ ਵੱਲੋਂ ਹੁੰਦਾ ਜੀ। ਆਲ ਪੰਜਾਬ 'ਚੋਂ ਗੱਡੀਆਂ ਸਮੇਤ ਅੱਜ ਉੱਥੇ ਕੰਖਲ ਦੇ ਵਿੱਚ ਲੋਕ ਪਹੁੰਚ ਰਹੇ ਨੇ। ਖਰਚਾ ਕੌਣ ਕਰਦਾ ਜੀ? ਹਾਂਜੀ, ਇਹਦੇ ਖਰਚਾ ਕੌਣ? ਖਰਚਾ ਜੀ ਸਾਡੀ ਸੰਸਥਾ ਵੱਲੋਂ ਹੁੰਦਾ ਜੀ, ਅਤੇ ਜਿੰਨਾ ਸਾਡੇ ਪ੍ਰਧਾਨ ਜੀ ਨੇ ਸਾਡੇ ਹੈੱਡ ਆਫਿਸ ਵੱਲੋਂ ਅਤੇ ਜਿੰਨੀਆਂ ਸਾਡੀਆਂ ਯੂਨਿਟਾਂ ਨੇ ਉਹਨਾਂ ਵੱਲੋਂ ਇਕੱਠਾ ਕਰਕੇ ਆਲ ਪੰਜਾਬ 'ਚ ਜਿੰਨੇ ਵਰਕਰ ਹੈ ਉਹਨਾਂ ਦੇ ਜਿਹੜਾ ਰੋਟੀ ਪਾਣੀ ਦਾ ਸਾਰਾ ਖਰਚਾ ਸਾਡਾ ਹੁੰਦਾ ਜੀ ਉੱਥੇ ਸਭਾ ਵੱਲੋਂ। ਤੁਹਾਡੀ ਇਹ ਕਿੰਨਵੀਂ ਯਾਤਰਾ ਹੈ? ਇਹ ਸਾਡੀ ਜਿਹੜੀ ਬੱਸ ਯਾਤਰਾ ਹੈ ਸਾਡੀ ਦੂਸਰੀ ਹੈ ਜੀ। ਵੈਸੇ ਸਾਡੀ ਉੱਥੇ 28 ਸਾਲ ਹੋ ਗਏ ਸਾਨੂੰ ਉੱਥੇ ਲੰਗਰ ਲਾਉਣ ਦੇ।